ਬੱਚੇ ਪੜ੍ਹੇ ਲਿਖੇ ਹਨ, ਜਾਤੀ ਪ੍ਰਮਾਣ ਪੱਤਰ ਕਰਕੇ ਨੌਕਰੀ ਨਹੀਂ ਮਿਲਦੀ, ਕਈ ਰੋੜੇ ਅਟਕ ਜਾਂਦੇ ਨੇ। ਜੇ ਸਾਡਾ ਇਤਿਹਾਸ ਜਿਹੜਾ ਹੈ ਹਰਗੋਬਿੰਦ ਸਾਹਿਬ ਦੇ ਜਮਾਨੇ, ਗੁਰੂ ਹਰਗੋਬਿੰਦ ਪਾਤਸ਼ਾਹ ਦਾ ਛੱਟੀ ਪਾਤਸ਼ਾਹੀ ਦਾ ਸਾਡਾ ਇਤਿਹਾਸ ਜੁੜਿਆ ਹੋਇਆ। ਅੱਛਾ ਹਾਂਜੀ, ਜਿਹੜੇ ਵੀ ਗੁਰਦੁਆਰੇ ਦੇ ਜਿਹੜੇ ਇਤਿਹਾਸ ਕਾਰਕ ਨੇ ਉਹ ਸਾਡਾ ਇਤਿਹਾਸ ਬਤਾ ਦੇਣਗੇ। ਸਾਡੇ ਜਿਹੜਾ ਲੋਹਾਰ ਬੰਦੇ ਸੀ ਰਾਜਸਥਾਨ ਬਸੇ ਸੀ, ਦੋ ਕਬੀਲੇ ਨੂੰ ਲੈ ਕੇ ਭਾਈ ਜੇਠਾ ਜੀ ਬਿਧੀ ਚੰਦ ਜੀ ਜਿਹੜੇ ਨੇ ਪੰਜਾਬ ਲੈ ਕੇ ਗਏ। ਜਿਹੜੇ ਪੰਜਾਬ 'ਚ ਅਸੀਂ ਬਸ ਗਏ ਤਾਂ ਪੰਜਾਬੀ ਹੋ ਗਏ, ਰਾਜਸਥਾਨ ਦੇ ਅੰਦਰ ਗਏ ਉਹ ਰਾਜਸਥਾਨੀ, ਉਹਨਾਂ ਦੀ ਯਾਦ ਗੋਹ ਤਾਂ ਸਾਡੀ ਮਿਲਦੀ ਆ, ਪਰ ਸਾਡੀ ਰੋਟੀ ਬੇਟੀ ਦਾ ਫਿਰ ਕੋਈ ਉਹਨਾਂ ਦਾ ਕੋਈ ਸੰਬੰਧ ਨਹੀਂ ਆ। ਉਹ ਤੁਸੀਂ ਪੰਜਾਬ ਚਲੇ ਗਏ, ਕਿਹੜੀ ਬੋਲੀ ਬੋਲਣ ਲੱਗੇ, ਕਿਹੜੇ ਕੇਸ ਰੱਖ ਲਏ, ਉਹਨਾਂ ਨੇ ਸਾਨੂੰ ਜਾਤ ਬਾਹਰ ਕਰ ਦਿੱਤਾ, ਅਸੀਂ ਮੁੜ ਕੇ ਫੇਰ ਪੰਜਾਬ ਆ ਗਏ। ਉਹਨਾਂ ਨੇ ਤੁਹਾਨੂੰ ਆਪਣੀ ਜਾਤ ਚੋਂ ਕੱਢਤਾ ਕਿਉਂਕਿ ਤੁਸੀਂ ਸਿੱਖ ਬਣ ਗਏ। ਸਿੱਖ ਬਣ ਗਏ, ਦਸਵੀਂ ਪਾਤਸ਼ਾਹੀ ਮਹਾਰਾਜ ਗੁਰੂ ਗੋਬਿੰਦ ਸਿੰਘ ਦਾ ਜਦੋਂ ਜ਼ਮਾਨਾ ਆਇਆ ਉਦੋਂ ਸਾਡੀਆਂ ਬੜੀਆਂ ਬਰਕਤਾਂ ਹੋਈਆਂ ਨੇ। ਲੋਹਾਗੜ੍ਹ ਦਾ ਕਿਲ੍ਹਾ ਸਾਡਾ ਗਵਾ, ਜਿੱਥੇ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅਸੀਂ ਸ਼ਸਤਰ ਦਿੰਦੇ ਸੀ, ਬਾਹਰ ਦੇ ਜਿਹੜੇ ਪਹਾੜੀ ਰਾਜੇ ਆਉਣ ਸਾਡੇ ਬੰਦਿਆਂ ਨੂੰ ਮਾਰ ਜਾਣ, ਸਾਡੇ ਹੱਥੋਂ ਸ਼ਸਤਰਾਂ ਸੰਦਰਾਂ ਨੂੰ ਲੈ ਜਾਣ ਖੋਜ ਕੇ। ਉਸ ਵੇਲੇ ਮਹਾਰਾਜ ਦੇ ਸਸਤੀ ਫਰਿਆਦ ਕੀਤੀ, ਮਹਾਰਾਜ ਜੀ ਬੰਦੇ ਨੂੰ ਮਾਰ ਜਾਂਦੇ ਆ, ਕਾਰੀਗਰ ਮਰ ਜਾਂਦਾ। ਮਹਾਰਾਜ ਨੇ ਫਿਰ ਉਹ ਲੋਹਾਗੜ੍ਹ ਕਿਲ੍ਹਾ ਬਣਾਇਆ ਸਾਡੇ ਵਾਸਤੇ, ਜਦੋਂ ਖੂਨੀ ਹਾਥੀ ਭੇਜਿਆ ਸੀ ਉਹਨਾਂ ਨੇ, ਤੇ ਮਹਾਰਾਜ ਨੇ ਕਹਿੰਦੇ ਫਿਰ ਉਹ ਜਿਹੜਾ ਜੀ ਸਾਡਾ ਹੀ ਬੰਦਾ ਸੀ ਬਿਚਿੱਤਰ ਸਿੰਘ, ਭਾਈ ਬਿਚਿੱਤਰ ਸਿੰਘ ਜਿਹੜਾ ਨਾਗਣੀ ਮਾਰ ਕੇ ਉਹਨਾਂ ਕਿਹਾ ਮਹਾਰਾਜ ਜੀ ਤੁਸੀਂ ਸਾਨੂੰ ਹਥਿਆਰ ਤਾਂ ਬਣਾਉਣ ਦੇ ਅੱਗੇ ਦਿੰਦੇ ਰਹਿੰਦੇ ਹੋ, ਕਦੇ ਜੰਗ 'ਚ ਵੀ ਤੋਰਿਆ ਕਰੋ, ਕਿਸੇ ਸੰਦਰ ਨੂੰ ਜਿੱਦਾਂ ਇਹ ਕਿਰਪਾਨ ਹੈ ਇਹਦੇ 'ਤੇ ਕੀਤੀ ਜਾਵੇ, ਮੇਰੀ ਏਕਾਤਰੇ ਦੀ ਕਿਰਪਾਨ ਹੈ, ਇਹਨੂੰ ਜਦ ਪੋਲਿਸ਼ ਕਰਦੇ ਨਾ ਉਹ ਸੰਦਰ ਮਾਰ ਕੇ ਤਾਂ ਉਹਨੂੰ ਸ਼ਕਲ ਕਹਿੰਦੇ ਸੀ। ਅੱਛਾ, ਮਹਾਰਾਜ ਨੇ ਸਾਡਾ ਨਾਂ ਰੱਖਿਆ ਸ਼ਕਲ ਕਰ। ਅੱਛਾ ਹਾਂ, ਸ਼ਕਲ ਕਰਦੇ ਹੁਣ ਉਹ ਵਿਗੜਦਾ ਜੀ ਸਿਕਲੀ ਕਰ ਹੋ ਗਿਆ। ਅੱਛਾ, ਉਹ ਸਿਕਲੀ ਕਰ ਹੋ ਗਿਆ। ਹਾਂਜੀ, ਤੁਸੀਂ ਅੱਜ ਮਾਣ ਮਹਿਸੂਸ ਕਰਦੇ ਹੋ ਵੀ ਤੁਸੀਂ ਸਿੱਖ? ਹਾਂ ਇਹ ਅਸੀਂ ਮਾਣ ਕਰਦੇ ਹਾਂ ਅਸੀਂ ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿੱਖ ਨੇ। ਲੱਗਦਾ ਕਿ ਗੁਰੂ ਸਾਹਿਬ ਦੇ ਵੇਲੇ ਤੁਹਾਡਾ ਇੰਨਾ ਸਨਮਾਨ ਸੀ, ਹੁਣ ਉਹ ਸਨਮਾਨ ਘਟਿਆ ਹੈ। ਹਾਂ, ਹੁਣ ਸਨਮਾਨ ਘਟਿਆ ਜੀ, ਬਹੁਤ ਸਾਰੇ ਲੋਕ ਕਹਿੰਦੇ ਨਹੀਂ ਇਹ ਨਹੀਂ ਉਹ ਨਹੀਂ, ਦੇਖੋ ਗਲਤ ਤਾਂ ਗਲਤ ਹੈ, ਮੈਂ ਇਹ ਕਹਿੰਦਾ ਗਲਤ ਗਲਤ ਹੈ, ਕੇਸ ਖੰਡਿਤ ਹੋ ਜਾਵੇ ਨਾ ਕਿਸੇ ਦਾ, ਉਹਦੀ ਫਿਰ ਸ਼ਾਦੀ ਵੀ ਕਰਨੀ ਬੜੀ ਔਖੀ ਹੋ ਜਾਂਦੀ ਹੈ ਬਰਾਦਰੀ ਤੇ ਸਾਡੀ ਤੇ, ਜੇ ਉਹਨੂੰ ਨੀਵਾਂ ਸਮਝਦੇ ਬਰਾਦਰੀ ਤਾਨੇ ਮਾਰਦੀ ਹੈ, ਤਾਨੇ ਮਾਰਦੀ ਹੈ। ਇੱਕ ਪਾਸੇ ਅਸੀਂ ਲੋਕ ਚੰਗੇ ਜੀਵਨ ਦੀ ਕਾਮਨਾ ਦੇ ਵਿੱਚ ਵਿਦੇਸ਼ਾਂ ਨੂੰ ਭੱਜ ਰਹੇ ਹਾਂ, ਕੈਨੇਡਾ ਜਾ ਰਹੇ ਹਾਂ, ਪਰ ਬਹੁਤ ਸਾਰੇ ਲੋਕ ਐਸੇ ਨੇ, ਹਜ਼ਾਰਾਂ ਲੱਖਾਂ ਦੀ ਤਾਦਾਦ ਹੈ, ਜੋ ਹਰ ਰੋਜ਼ ਸਵੇਰੇ ਉੱਠਦੇ ਆਪਣੇ ਕੰਮ 'ਤੇ ਆਉਂਦੇ ਹੈ, ਰੋਜ਼ ਦੇ ਕੁਝ ਪੈਸੇ ਕਮਾਉਂਦੇ ਹੈ ਅਤੇ ਜੀਵਨ ਬਸਰ ਕਰ ਰਹੇ ਹੈ। ਦਿੱਲੀ ਦੇ ਪਹਾੜਗੰਜ ਦੇ ਵਿੱਚ ਰਾਜ ਸਿੰਘ ਜੀ ਇੱਕ ਐਸੇ ਵਿਅਕਤੀ ਨੇ ਜੋ ਪਟਿਆਲੇ ਤੋਂ ਦਿੱਲੀ 32-33 ਸਾਲ ਪਹਿਲਾਂ ਉੱਠ ਕੇ ਆਏ, ਚਾਬੀਆਂ ਬਣਾਉਣ ਦਾ ਕੰਮ ਕਰਦੇ ਹੈ ਔਰ ਇੱਥੇ ਪਿਛਲੇ 32 ਸਾਲ ਤੋਂ ਇਸੇ ਜਗ੍ਹਾ 'ਤੇ ਬਹਿ ਕੇ ਇਹ ਚਾਬੀਆਂ ਬਣਾ ਰਹੇ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਇੱਥੇ 32 ਸਾਲ ਕੰਮ ਕਰਦੇ ਹਾਂ ਜੀ, ਰਹਿਣ ਵਾਲਾ ਮੈਂ ਮੋਦੀ ਨਗਰ ਦਾ ਉੱਪਰ ਦਾ ਜੀ, ਰੋਜ਼ ਡੇਲੀ ਆਉਂਦਾ ਸਵੇਰੇ ਟ੍ਰੇਨ 'ਤੇ ਆਪਣੇ ਔਰ ਸ਼ਾਮ ਵੀ ਚੱਲ ਜਾਂਦਾ ਹੈ। ਮੋਦੀ ਨਗਰ ਤੋਂ ਇੱਥੇ ਆਉਂਦੇ ਹੋ? ਇੱਥੇ ਆਉਂਦੇ ਟ੍ਰੇਨ ਤਾਂ ਆਉਂਦੇ ਹਾਂ ਜੀ ਅਸੀਂ ਰੋਜ਼, ਔਰ ਅੱਜ ਲੋਕ ਗੌਰਮੈਂਟ ਨੇ ਕੀਤਾ ਵੀ ਕੁਛ ਸਾਨੂੰ ਸੁਵਿਧਾ ਦਿਓ, ਬਈ ਇੰਨੇ ਦਿਨ ਦੇ ਬੰਦੇ ਬੈਠਦੇ ਹੈ ਵੀ ਕੁਛ ਕੰਮ ਕਰਨ ਵਾਸਤੇ, ਨਾ ਕੁਛ ਦਈਏ ਨਾ ਕਰੇ, ਸਾਡੇ ਕੋਲ ਸਲਾਹ ਹੀ ਲੈਂਦਾ। ਕਿੰਨੀ ਦੂਰ ਹੈ ਇੱਥੋਂ ਮੋਦੀ ਨਗਰ? 55 ਕਿਲੋਮੀਟਰ ਹੈਗਾ ਜੀ। ਰੋਜ਼ 55 ਕਿਲੋਮੀਟਰ ਆਉਂਦੇ ਹੋ? ਰੋਜ਼ ਆਉਣਾ, ਜੇਲ ਡਾਣਾ ਆਉਣਾ ਡੇਲੀ ਅਸੀਂ। ਸਵੇਰੇ ਕਿੰਨੇ ਵਜੇ ਚੱਲਦੇ ਹੋ ਉੱਥੋਂ? 7 ਵਜੇ ਚੱਲਦੇ ਹਾਂ ਜੀ ਉੱਥੇ। ਅੱਛਾ, ਇੱਥੇ 9:30-10 ਵਜੇ ਕਰੀਬ ਆਉਂਦੇ ਹਾਂ। ਅਤੇ ਤੁਹਾਡਾ ਜਿਹੜਾ ਅੱਡਾ ਹੈ ਪੂਰਾ ਇਹ ਨਾਲ ਲੈ ਕੇ ਜਾਂਦੇ ਹੋ? ਨਹੀਂ ਜੀ ਨਹੀਂ, ਇੱਥੇ ਰੱਖ ਜਾਂਦਾ ਮੈਂ ਆਪਣੇ ਅੱਡੇ ਨੂੰ, ਉੱਥੇ ਰੱਖ ਜਾਂਦਾ ਪਿੱਛੇ ਹੀ ਗਲੀ 'ਚ ਰੱਖਦਾ, ਔਰ ਡੇਲੀ ਆਉਂਦਾ ਡੇਲੀ ਜਾਂਦਾ ਜੀ ਅਸੀਂ। ਮੇਰੇ ਪਹਿਲੇ ਬੱਚੇ ਨਹੀਂ ਸੀ, ਹੁਣ ਬੱਚੇ ਪੜਿਆ ਵਗਣ ਬੱਚੇ ਹੋ ਗਏ ਇੱਥੇ ਹੀ, ਪਰ ਗੌਰਮੈਂਟ ਨੇ ਨਹੀਂ ਦੇਖਿਆ ਵੀ ਕੋਈ ਗਰੀਬ ਬੰਦੇ ਨੂੰ ਕੋਈ ਦਈਏ ਕੁਛ ਠਿਕਾਣਾ ਕਰਕੇ, ਅੱਜ ਲੋਕ ਕੁਛ ਨਹੀਂ ਦਿੱਤਾ ਗਰੀਬ ਬੰਦੇ ਨੇ। ਤੁਹਾਡੀ ਰੋਟੀ ਪਾਣੀ ਵਧੀਆ ਚੱਲ ਰਿਹਾ? ਰੋਟੀ ਠੀਕ ਹੈ ਜਰਾ ਜੀ, ਵਾਹਿਗੁਰੂ ਜੋ ਕੁਛ ਜਰਾ ਦੱਸਿਆ ਹੈਗਾ ਮਿਲ ਜਾਂਦਾ ਹੈ, ਕਮਾ ਲੈਂਦੇ ਆਪਣਾ ਖਰਚਾ ਲਾ ਕੇ ਆਪਣਾ ਕਰ ਲੈਂਦੇ ਗੁਜ਼ਾਰਾ।
ਪਹਿਲਾਂ ਪਟਿਆਲੇ ਰਹਿੰਦੇ ਸੀ? ਪਹਿਲੇ ਪਟਿਆਲੇ ਰਹਿੰਦੇ ਸੀ, ਸਾਡੇ ਬੜੇ ਬੁੱਢੇ ਫਿਰ ਇੱਥੇ ਆ ਗਏ ਸੀ ਯੂਪੀ 'ਚ। ਅੱਛਾ। ਅਸੀਂ ਰਹਿੰਦੇ ਮੋਦੀ ਨਗਰ, ਮੋਦੀ ਨਗਰ ਡੇਲੀ ਆਉਣਾ ਡੇਲੀ ਜਾਣਾ, ਆਪਣਾ ਰੋਜ਼ ਦਾ ਆਉਣਾ ਜਾਣਾ ਜੀ। ਅਤੇ 84 ਵੇਲੇ ਕਿੱਥੇ ਸੀਗੇ ਤੁਸੀਂ? 84 ਵੇਲੇ ਵੀ ਆਪਣੇ ਉੱਧਰ ਸੀ, ਯੂਪੀ 'ਚ ਸੀ ਜੀ। ਉਦੋਂ ਉੱਥੇ ਸੀ? ਹਾਂਜੀ, ਉੱਥੇ ਆਪਣੇ ਬੰਦੇ ਬਹੁਤ ਸਾਰੇ ਸਹਾਇਤਾ ਕੀਤੀ ਹੈ, ਉਹਨਾਂ ਕਹਿੰਦੇ ਤੁਸੀਂ ਘਬਰਾਓ ਨਾ, ਤੁਹਾਨੂੰ ਖਾਣਾ ਪੀਣਾ ਸਭ ਕੁਝ ਮਿਲੇਗਾ, ਤੁਸੀਂ ਆਪਣੇ ਇੱਧਰ ਹੀ ਰਹੋ। ਉੱਥੇ ਹੋਈ ਸੀ ਦਿੱਕਤ ਜਿੱਥੇ ਤੁਸੀਂ ਰਹਿੰਦੇ? ਦਿੱਕਤ ਉੱਥੇ ਕੁਛ ਨਹੀਂ ਹੋਈ ਜੀ, ਬੰਦੇ ਸਾਰੇ ਜਾਣ ਵਾਲੇ ਸੀ ਆਪਣੇ ਵਿਚਾਰੇ, ਉਹਨਾਂ ਕੁਛ ਨਹੀਂ, ਕੋਈ ਪਰੇਸ਼ਾਨੀ ਹੋਣ ਦੀ? ਹਾਂਜੀ, ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਹੈ ਜੀ, ਆਪਣੇ ਕਮਾਮ ਦੇ ਖਾਂਦੇ ਹੀ ਆਪਣੇ, ਸਾਨੂੰ ਇਹ ਤਾਂ ਕੁਛ ਹੈਗਾ ਨਹੀਂ। 32 ਸਾਲ ਤੋਂ ਰੋਜ਼ਾਨਾ ਆਉਂਦੇ ਜਾਂਦੇ ਹਾਂ ਜੀ, ਇਹ ਭਾਈ ਸਾਹਿਬ ਨਾਲ ਗੱਲ ਕਰੋ, ਮੇਰੇ ਬੜੇ ਭਰਾ ਹੈਗੇ, ਇਹ ਵੀ ਨਾਲ ਆਉਂਦੇ ਹੈ? ਹਾਂ ਜੀ, ਇਹ ਵੀ ਨਾਲ ਆਉਂਦੇ ਹੈ ਜੀ ਰੋਜ਼। ਹਾਂਜੀ, ਰੋਜ਼ ਆਉਂਦੇ ਹੈ ਜੀ, ਪਰ ਗੌਰਮੈਂਟ ਨੇ ਸੋਚਿਆ ਵੀ ਇਹਨੇ ਕੁਛ ਦਈਏ ਕਰਕੇ। ਕਿੰਨੇ ਕੁ ਪੈਸੇ ਬਣ ਜਾਂਦੇ ਆ? ਕੁਛ ਨਹੀਂ ਬਣਦਾ, 200-300 ਰੁਪਏ ਕਮਾ ਲੈਂਦੇ ਅਸੀਂ, ਗੁਜ਼ਾਰਾ ਹੋ ਜਾਂਦਾ, 200-400 ਕਰ ਲੈਂਦੇ, ਬਾਟਮ ਖਾਲੀ ਹੋ ਜਾਂਦਾ, ਬਸ ਇਹੀ ਹੋ ਜਾਂਦਾ, ਹੋਰ ਕੁਛ ਨਹੀਂ ਹੈਗਾ। ਇਹ ਦੇਖੋ, ਥਾਣੇ ਲੱਗਣ ਦਿੰਦੇ ਆ ਇਹਨਾਂ ਦੀ ਫੋਟੋ, ਮਿਹਨਤ ਕਰਨ ਵਾਲੇ ਲੋਕਾਂ ਦੇ ਥਾਣੇ ਵਾਲਿਆਂ ਨੇ ਕੀ ਲੈਣਾ, ਮੈਨੂੰ ਇਹ ਦੱਸੋ। ਚਾਬੀ ਬਣਾ ਜਾਂਦੇ ਨੇ ਲੱਕੜਾਂ ਦੀ। ਅੱਛਾ, ਇਹ ਦਿੱਕਤ ਆ ਜਾਂਦੀ ਹੈ? ਦਿੱਕਤ ਨਹੀਂ ਆਉਂਦੀ। ਤੁਹਾਡਾ ਕੀ ਨਾਮ ਹੈ ਜੀ? ਮੇਰਾ ਜੀ ਧਨਵੰਤ ਸਿੰਘ ਆ ਜੀ। ਧਨਵੰਤ ਸਿੰਘ ਜੀ, ਤੁਸੀਂ ਸਕੇ ਭਰਾਓ? ਨਹੀਂ ਜੀ, ਚਾਚੇ ਤਾਏ ਦੇ ਜੀ, ਮੈਂ ਥੋੜ੍ਹਾ ਇੱਕ 5 ਕਿਲੋਮੀਟਰ ਅੱਗੇ ਰਹਿੰਦਾ ਮਦੀਨਪੁਰ, ਇਹ ਮੋਦੀ ਨਗਰ ਰਹਿੰਦੇ ਨੇ ਜੀ। ਤੁਸੀਂ ਕੀ ਕੰਮ ਕਰਦੇ ਹੋ? ਅਸੀਂ ਵੀ ਇਹੀ ਕੰਮ ਕਰਦੇ ਹਾਂ ਜੀ, ਚਾਬੀਆਂ ਦੇ। ਹਾਂ, ਚਾਬੀਆਂ ਦੇ, ਪਰ ਇੱਕ ਹੈ ਜੀ, ਹੁਣ ਤੁਸੀਂ ਇੰਟਰਵਿਊ ਲੈ ਰਹੇ ਹੋ ਤਾਂ ਸਾਡਾ ਇੱਕ ਮਿਹਰਬਾਨੀ ਕਰੋ ਜੀ, ਅਸੀਂ ਯੂਪੀ ਦੇ ਅੰਦਰ ਰਹਿੰਦੇ ਨੇ। ਹਾਂਜੀ, ਯੂਪੀ ਦੇ ਅੰਦਰ ਸਾਡੀ ਘੱਟੋ ਘੱਟ ਕੋਈ 4 ਲੱਖ ਦੀ ਆਬਾਦੀ ਹੋਣੀ ਆ। ਅੱਛਾ, ਜਿਹੜੀ ਇਹ ਸਾਰੀਆਂ ਤਾਲੇ ਚਾਬੀਆਂ ਦੇ ਨਾਲ ਹੀ ਜੁੜੇ ਹੋਏ ਨੇ ਸਾਰੇ? ਹਾਂਜੀ, ਤਾਂ ਇੱਕ ਅਖਾਈ ਸਰਦਾਰ ਨੇ। ਹਾਂ, ਸਾਰੇ ਸਰਦਾਰ ਨੇ। ਅੱਛਾ, ਸਾਰੇ ਆਹੀ ਕੰਮ ਕਰਦੇ ਆ? ਹਾਂਜੀ, ਸਾਰੇ ਆਹੀ ਕੰਮ ਕਰਦੇ, ਆਪਣਾ ਸਾਡਾ ਇੱਕ ਕੰਮ ਹੈਗਾ, ਸਾਰੇ ਆਹੀ ਕੰਮ ਕਰਦੇ ਨੇ, ਸਾਰੇ ਅੰਮ੍ਰਿਤਧਾਰੀ ਨੇ ਜੀ। ਅੱਛਾ, ਇੱਕ ਵੀ ਕੇਸ ਖੰਡਤ ਨਹੀਂ ਮਿਲੂਗਾ ਤੁਹਾਨੂੰ, ਇੰਨੀ ਵੱਡੀ ਸਿੱਖੀ ਹੈ ਸਾਡੀ ਜੋ ਹੈ। ਨਾ ਤਾਂ ਸਾਡੇ ਜਿਹੜੀਆਂ ਵੀ ਕੋਈ ਵੀ ਕਮੇਟੀਆਂ ਗੁਰਦੁਆਰਿਆਂ ਵਾਲੀਆਂ ਜਿਹੜੀਆਂ ਕੋਈ ਵੀ ਕਿਸੇ ਦੇ ਵੀ ਆ, ਇਹ ਕਈ ਵਾਰ ਅਸੀਂ ਉਹਨਾਂ ਨੂੰ ਉਹ ਖਤਰਾਈ ਜਾਂ ਗੱਲਾਂ ਕੀਤੀਆਂ, ਸਾਨੂੰ ਸਭ ਤੋਂ ਵੱਡੀ ਅਖਾਈ ਹੈ ਹੁਣ ਜਿਹੜੀ ਹੈ ਨਿਸ਼ਕਾਮ ਸਮਿਤੀਆਂ, ਹੋਰ ਜਿਹੜੀਆਂ ਗੁਰਦੁਆਰੇ ਪ੍ਰਬੰਧਕ ਕਮੇਟੀਆਂ ਸਾਡੇ ਬੱਚਿਆਂ ਨੂੰ ਪੜ੍ਹਾ ਰਹੀ ਆ, ਸਭ ਤੇ ਸਾਡੀ ਅਖਾਈ ਹੈ, ਸਾਡਾ ਪ੍ਰਮਾਣ ਪੱਤਰ ਨਹੀਂ ਬਣਦਾ ਉੱਥੇ, ਨਹੀਂ ਬਣਦਾ। ਹਾਂਜੀ, ਜਾਂ ਪਤਾ ਨਹੀਂ ਗੌਰਮੈਂਟ ਕਿਉਂ ਹੈ, ਜਦੋਂ ਪੰਜਾਬ ਦੇ ਅੰਦਰ, ਹਿਮਾਚਲ ਦੇ ਅੰਦਰ, ਕਰਨਾਟਕ, ਤਮਿਲਨਾਡ, ਮਹਾਰਾਸ਼ਟਰ ਦੇ ਸਾਰਿਆਂ ਦੇ ਅੰਦਰ ਪ੍ਰਮਾਣ ਪੱਤਰ ਹੈ, ਅਤੇ ਇਹ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਸਾਡੇ ਨਾਲ, ਤੁਹਾਡੀ ਬੜੀ ਮਿਹਰਬਾਨੀ ਹੋਏਗੀ, ਇਹ ਗੱਲ ਤੁਸੀਂ ਗੌਰਮੈਂਟ ਰਾਹੀਂ ਤੁਸੀਂ ਸਾਨੂੰ ਪਹੁੰਚਾਓ। ਤੁਸੀਂ ਕਿੰਨੇ ਸਾਲ ਤੋਂ ਆ ਰਹੇ ਹੋ ਇੱਥੇ? ਅਸੀਂ ਵੀ 48 ਦੇ ਆਲੇ ਦੁਆਲੇ ਦੇ ਆਏ ਹੋਣੇ, ਕੋਈ 48 ਤੋਂ 47 ਨੂੰ ਆ ਗਿਆ, 49 ਨੂੰ ਆ ਗਿਆ। ਪਿੱਛੋਂ ਕੀ ਪਾਕਿਸਤਾਨ ਤੋਂ ਆਏ ਹੋ? ਅੱਛਾ, ਪਾਕਿਸਤਾਨ ਤੋਂ ਹੀ ਆਏ। ਕਿੱਥੋਂ? ਲਾਹੌਰ ਤੋਂ ਜੀ। ਲਾਹੌਰ ਤੋਂ ਆਏ ਸੀ? ਮੱਕੀ ਪਿੰਡ ਦੱਸਦੇ ਸੀ ਸਾਡੇ ਬਜ਼ੁਰਗ ਜਿਹੜੇ ਨੇ। ਫਿਰ ਆ ਕੇ ਸਿੱਧਾ ਇੱਥੇ ਵਸੇ ਯੂਪੀ 'ਚ? ਆ ਕੇ ਕਦੇ ਕੋਈ ਪਟਿਆਲੇ ਵਸਿਆ, ਉੱਥੇ ਕਾਰੋਬਾਰ ਨਹੀਂ ਚੱਲਿਆ, ਅਸੀਂ ਲੋਹਾਰ ਬੰਦੇ ਸੀ ਪਹਿਲਾਂ ਜੋ। ਅੱਛਾ, ਲੋਹਾਰ, ਲੋਹਾਰ, ਲੋਹੇ ਦਾ ਕੰਮ ਕਰਨੇ। ਕਿੰਨੇ ਕੁ ਪਰਿਵਾਰ ਤੁਹਾਡੇ ਹੋਣਗੇ ਇੱਥੇ ਜਿੱਥੇ ਤੁਸੀਂ ਦੱਸ ਰਹੇ ਹੋ ਯੂਪੀ 'ਚ ਮੋਦੀ ਨਗਰ ਦੇ ਨੇੜੇ ਤੇੜੇ ਜਿਹੜੇ ਇਹ ਕੰਮ ਕਰਦੇ ਹੈ? 300 ਜੀ ਦਾ ਸਾਡਾ ਪਿੰਡ ਆ ਮੋਦੀਨਪੁਰ ਜੋ ਹੈ। ਅੱਛਾ, 300 ਪਰਿਵਾਰਾਂ ਦਾ? ਹਾਂ, 300 ਪਰਿਵਾਰਾਂ ਦਾ। 300 ਪਰਿਵਾਰ ਸਿੱਖਾਂ ਦੇ ਪਰਿਵਾਰ ਹੈ ਜਿਹੜੇ ਇਹੀ ਕੰਮ ਕਰਦੇ? ਜਿਹੜੇ ਇਹੀ ਕੰਮ ਕਰਦੇ ਕਿੱਥੇ ਹੈ? ਦਿੱਲੀ ਆਉਂਦੇ ਰੋਜ਼? ਇੱਦਾਂ ਦੇ ਠੀਏ ਲੱਗਦੇ ਨੇ, ਦਿੱਲੀ ਆਉਂਦੇ ਨੇ, ਗੁੜਗਾਵੇਂ ਜਾਂਦੇ ਨੇ ਰੋਜ਼। ਹਾਂ, ਰੋਜ਼ ਗੁੜਗਾਵੇਂ ਵਾਲੇ ਤਾਂ ਨਹੀਂ ਰੋਜ਼ ਹੀ ਜਾਂਦੇ, ਕਿ ਕੋਈ ਇੱਦਾਂ ਦੇ ਵੀ ਆ ਜਿੱਦਾਂ ਉੜੀਸਾ ਕਟਕ ਜਿਹੜੀ ਆ ਗੁਹਾਟੀ ਪੁਹਾਟੀ ਜਾਂਦੇ ਨੇ, ਇੰਨੀ ਦੂਰ ਵੀ ਜਾਂਦੇ ਆ। ਕੰਮ ਇਹੀ ਚਾਬੀਆਂ ਬਣਾਉਣ ਦਾ? ਕੰਮ ਇਹੀ ਚਾਬੀ ਬਣਾਉਣ। ਇਸ ਤੋਂ ਕਿੰਨਾ ਕੁ ਗੁਜ਼ਾਰਾ, ਕਿੰਨਾ ਕੁ ਰੋਜ਼ ਦਾ? ਕੋਈ 2-3 ਹਜ਼ਾਰ ਰੁਪਏ ਬਣ ਜਾਂਦਾ? ਨਹੀਂ 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 ਜੀ, 400-500 ਰੁਪਏ ਦਾ ਬਸ, 400-500 ਬਸ, ਇਸ ਤਰ੍ਹਾਂ ਦਾ। ਜ਼ਮੀਨਾਂ ਵੀ ਹੈਗੀਆਂ ਤੁਹਾਡੇ? ਨਹੀਂ ਨਹੀਂ, ਜ਼ਮੀਨਾਂ ਕੋਈ ਨਹੀਂ ਆ, ਕੋਈ ਗੌਰਮੈਂਟ ਨੇ ਕੋਈ ਅਲਾਟ ਨਹੀਂ ਕੀਤੀ, ਨਾ ਕੋਈ ਛੇਤੀਆ ਸਾਡੇ ਬਾਰੇ ਜੋ ਹੈ, ਸਿਰਫ ਇਹੀ ਰੁਜ਼ਗਾਰ ਹੈ, ਇਹੀ ਰੁਜ਼ਗਾਰ। ਪਰ ਪਰਿਵਾਰ ਕਿਵੇਂ ਪਾਲਦੇ ਹੋ? 300-400 ਰੁਪਏ ਰੋਜ਼ ਦੇ ਵਿੱਚ? ਨਹੀਂ, ਬਸ ਆਪਣਾ ਜੋ ਹੋਰ ਮੁੰਡੇ ਆ, ਜਿੱਦਾਂ ਇਹ ਮੁੰਡਾ 200-400 ਲਿਆਇਆ, 200-400 ਲਿਆਇਆ, ਪੜ੍ਹਾਈ ਪੜ੍ਹੋਈ ਹੈ, ਉਹ ਸਿੱਖ ਕਮੇਟੀਆਂ ਕਰਵਾ ਰਹੀਆਂ ਨੇ ਸਾਡੀਆਂ ਜੋ, ਉਹ ਫ੍ਰੀ ਕਰਾ ਰਹੀਆਂ। ਹਾਂ, ਫ੍ਰੀ ਕਰਾ ਰਹੀਆਂ। ਤੁਹਾਡਾ ਕੀ ਨਾਮ ਹੈ ਜੀ? ਪ੍ਰਦੀਪ ਸਿੰਘ। ਤੁਸੀਂ ਇਹਨਾਂ ਦੇ ਬੇਟੇ ਹੋ? ਹਾਂਜੀ।
ਪ੍ਰਦੀਪ ਤੁਸੀਂ ਵੀ ਇਹੀ ਕੰਮ ਕਰ ਰਹੇ ਹੋ? ਹਾਂਜੀ ਇਹੀ ਕੰਮ ਕਰਦਾ ਮੈਂ। ਤੁਸੀਂ ਸੋਚਿਆ ਨਹੀਂ ਕਿ ਛੱਡ ਕੇ ਕੋਈ ਨੌਕਰੀ ਜਾਂ ਕੁਛ ਹੋਰ ਕਰਨ ਦਾ? ਵੀ ਸੋਚ ਤਾਂ ਲਵਾਂ, ਪਰ ਇਹ ਵੀ ਹੈ ਨਾ, ਪੜ੍ਹਾਈ ਕਰਨੀ ਅੱਗੇ, ਹੋਰ ਵੀ ਬਹੁਤ ਕੁਛ ਕਰਨਾ ਪੈਂਦਾ, ਫਿਰ ਪੈਸੇ ਦੇ ਸਾਰੀ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ, ਉਹ ਵੀ ਤਾਂ ਹੁੰਦਾ ਨਾ। ਫਿਰ ਕੀ ਕਰ ਕੀ ਰਹੇ ਹੋ ਤੁਸੀਂ, ਪੜ੍ਹਾਈ ਕੀ ਕਰ ਰਹੇ ਹੋ? ਹੁਣ ਤਾਂ ਪੜ੍ਹਾਈ ਮੈਂ ਕੁਛ ਨਹੀਂ ਕਰ ਰਿਹਾ, ਮੈਂ ਹੁਣ ਤਾਂ ਆਪਣਾ ਹੀ ਕੰਮ ਕਰ ਰਿਹਾ ਮੈਂ। ਰੋਜ਼ ਤੁਸੀਂ ਇਹਨਾਂ ਦੇ ਨਾਲ ਬੈਠਦੇ ਹੋ ਕਿ ਅਲੱਗ ਹੈ ਤੁਹਾਡਾ? ਅਸੀਂ ਤਾਂ ਨਾਲ ਹੀ ਬਹਿੰਦੇ ਹਾਂ, ਡੈਡੀ ਤਾਂ ਸਾਡੇ ਕਦੇ ਕਦੇ ਆ ਜਾਂਦੇ, ਅਸੀਂ ਆਉਂਦੇ ਹਾਂ। ਛੋਟਾ ਭਰਾ ਮੇਰਾ, ਉਹ ਆਉਂਦਾ ਮੇਰੇ ਨਾਲ ਇੱਥੇ। ਦੋਨੋਂ ਇਸੇ ਅੱਡੇ ਤੋਂ ਪੂਰਾ ਪਰਿਵਾਰ ਚੱਲਦਾ ਹੈ ਤੁਹਾਡਾ? ਹਾਂਜੀ ਹਾਂਜੀ। ਔਰ ਇਹ ਸਿੱਖਿਆ ਡੈਡੀ ਤੋਂ, ਕਿਉਂ ਪਰਿਵਾਰ ਪੀੜ੍ਹੀ ਦਰ ਪੀੜ੍ਹੀ ਚੱਲਦਾ ਆ ਰਿਹਾ ਜੀ। ਪੁਰਾਣੇ ਜ਼ਮਾਨੇ 'ਚ ਜੀ ਸਾਡਾ ਜਿਹੜਾ ਸੀ ਹਥਿਆਰ ਬਣਾਉਣ ਦਾ ਕੰਮ ਹੁੰਦਾ ਸੀ, ਜਿਹਦਾ ਮਹਾਰਾਜ ਪਟਿਆਲੇ ਆਲਾ ਸਿੰਘ ਨੇ 1707 'ਚ ਪਟਿਆਲਾ ਵਸਾਇਆ ਅਤੇ ਸਾਡੇ ਬੰਦਿਆਂ ਨੂੰ ਬੁਲਾਇਆ। ਜਿਹੜੇ ਜਿੰਨੇ ਵੀ ਰਜਵਾੜੇ ਹੁੰਦੇ ਸੀ ਰਾਜਸਥਾਨ, ਉਸ ਜ਼ਮਾਨੇ ਦੇ ਅਸੀਂ ਹੀਰੋ ਸੀ। ਕਿਸ ਉਸ ਜ਼ਮਾਨੇ ਨੂੰ ਸਾਡੇ ਰਜਵਾੜਿਆਂ ਦੀ ਲੋੜ ਹੁੰਦੀ ਸੀ, ਸਾਨੂੰ ਬੱਲਮ ਫਰਸ਼ੇ ਬਰਛਾ ਬਣਾਉਣ ਵਾਸਤੇ। ਜੋ ਹੁਣ ਜ਼ਮਾਨਾ ਉਹ ਚਲਾ ਗਿਆ ਜਿਹੜਾ, ਔਰ ਹੁਣ ਫਿਰ ਪੇਟ ਪਾਲਣ ਵਾਸਤੇ ਕਰਨਾ, ਕੋਈ ਤਾਂ ਗੁਜ਼ਾਰਾ ਕਰਨਾ ਹੀ ਪੈਂਦਾ। ਬੱਚੇ ਪੜ੍ਹੇ ਲਿਖੇ ਨੇ, ਜਾਤੀ ਪ੍ਰਮਾਣ ਪੱਤਰ ਕਰਕੇ ਨੌਕਰੀ ਨਹੀਂ ਮਿਲਦੀ, ਕਈ ਰੋੜੇ ਅਟਕ ਜਾਂਦੇ ਨੇ ਜੋ ਜਿਹੜੇ ਪੜ੍ਹ ਜਾਂਦੇ ਨੇ ਬੱਚੇ। ਸਰਕਾਰਾਂ ਸੁਣਦੀਆਂ ਨੇ, ਸਰਕਾਰਾਂ ਸੁਣਦੀਆਂ ਨੇ, ਕਮੇਟੀਆਂ ਕੁਛ ਕਰਦੀਆਂ ਨੇ ਜੀ। ਅਖਿਲੇਸ਼, ਯੋਗੀ, ਮਾਇਆਵਤੀ, ਕਈ ਆਏ, ਕਈ ਆਣਗੇ, ਕਈ ਜਾਣਗੇ, ਬੱਚੇ ਸੁਣਦਾ ਨਹੀਂ ਕੋਈ। ਕਈ ਬੱਚੇ ਸੰਘਰਸ਼ ਕਰਨੇ, ਯੋਗੀ ਨੂੰ ਮਿਲੇ, ਹੁਣ ਕਾਰਵਾਈ ਚੱਲ ਰਹੀ ਹੈ ਜੀ, ਸਾਡਾ ਵੀ ਜਾਤੀ ਪ੍ਰਮਾਣ ਪੱਤਰ ਦਿਓ ਬਣਾ ਕੇ। ਹੁਣ ਪਤਾ ਨਹੀਂ ਵਾਹਿਗੁਰੂ ਜਾਣੇ ਜੀ ਸਾਡੇ ਜ਼ਮਾਨੇ 'ਚ ਬਣੂਗਾ ਕਿ ਨਹੀਂ ਬਣੂਗਾ। ਤੁਸੀਂ, ਤੁਹਾਡੀ ਜ਼ਿੰਦਗੀ ਤਾਂ ਲੰਘ ਗਈ। ਹਾਂ, ਸਾਡੀ ਜ਼ਿੰਦਗੀ ਤਾਂ ਲੰਘ ਗਈ ਜੀ। ਕਿੰਨੇ ਸਾਲ ਦੇ ਹੋ ਤੁਸੀਂ? ਮੇਰੀ ਜੀ ਇੱਕ ਦੋ ਘੱਟ 70 ਸਾਲ ਹੋਲੀ ਮੇਰੀ ਜੀ। 68 ਸਾਲ ਦੇ ਹੋ ਗਏ। ਹਾਂ ਜੀ, ਤੁਸੀਂ ਜ਼ਿੰਦਗੀ ਕੱਢੀ ਬੈਠੇ ਹੋ, ਸੰਤੁਸ਼ਟ ਹੋ ਬਜ਼ੁਰਗੋ? ਹਾਂਜੀ, ਜ਼ਿੰਦਗੀ ਤੋਂ ਸੰਤੁਸ਼ਟ ਹੋ? ਬਹੁਤ ਜੀ, ਅਸੀਂ ਮੌਜ ਕਰ ਰਹੇ, ਕੋਈ ਸਾਨੂੰ ਚਿੰਤਾ ਨਹੀਂ ਹੈਗੀ, ਰੱਬ ਕਰਨੇ ਵਾਲਾ ਹੈ, ਜੋ ਕੁਛ ਕਿਹਾ ਰੱਬ ਕਰੇਗਾ, ਸਾਡਾ ਤਾਂ ਹੋਰ ਕੁਛ ਨਹੀਂ ਕਰਨਾ। ਇਹਨਾਂ ਨੇ ਕੀ ਕਰਨਾ ਹੈ, ਇਹਨਾਂ ਨੇ ਕਰਨਾ ਕੀ ਹੈ, ਦੇਖ ਲੈਂਦੇ। ਮੋਦੀ ਸਾਹਿਬ ਨਹੀਂ ਕਰਨਗੇ ਤੁਹਾਡੇ? ਮੋਦੀ ਸਾਹਿਬ ਕਰ ਰਹੇ ਆ ਵਿਚਾਰੇ, ਬਹੁਤ ਕੁਛ ਕਰੇਗਾ ਮੋਦੀ ਸਾਹਿਬ ਵੀ, ਪਰ ਹਾਲੇ ਕੋਈ ਕੁਛ ਗਲਤ ਕੀਤਾ ਨਹੀਂ ਹੈ, ਕਰੇਗਾ ਨਹੀਂ ਕੀਤਾ। ਨਹੀਂ, ਮੋਦੀ ਸਾਹਿਬ ਕਰ ਰਹੇ, ਚੰਗਾ ਕੰਮ ਕਰ ਰਹੇ ਹੈ, ਮੋਦੀ ਨੇ ਕੰਮ ਨਹੀਂ ਮਾੜਾ ਕੀਤਾ ਹੈ, ਮੋਦੀ ਨੇ ਬੜਾ ਕੰਮ ਚੰਗਾ ਕੀਤਾ ਹੈ, ਇਹ ਬੜੀ ਸਰਕਾਰ ਚੰਗੀ ਹੈਗੀ ਹੈ। ਜਿਹੜਾ ਕੰਮ 500-400 ਸਾਲ ਪਹਿਲੇ ਨਹੀਂ ਹੋਇਆ, ਉਹਨਾਂ ਨੇ ਹੁਣ ਕੀਤਾ ਹੈ। ਮੋਦੀ ਸਾਹਿਬ ਬੜੇ ਚੰਗੇ ਬੰਦੇ ਹੈ, ਉਹ ਕੰਮ ਚੰਗਾ ਕਰ ਰਹੇ ਹੈ। ਜਿਹੜੇ ਇੱਥੇ ਦੇ ਬੰਦੇ ਹੈ ਨਹੀਂ ਹੈ, ਜਿਸ ਅਸੀਂ ਆਉਂਦੇ ਹਾਂ ਬੈਠਦੇ ਹਾਂ ਇੱਥੇ, ਉਹਨਾਂ ਨੂੰ ਸੋਚਣਾ ਚਾਹੀਦਾ ਹੈ। ਤੰਗ ਕਰਦੇ ਇੱਥੇ ਤੁਹਾਨੂੰ? ਤੰਗ ਕੋਈ ਨਹੀਂ ਕਰਦਾ ਸਾਨੂੰ ਜੀ, ਤੰਗ ਨਹੀਂ ਕਰਦਾ ਸਾਨੂੰ, ਅਸੀਂ ਮੌਜ ਕਰ ਰਹੇ ਹਾਂ, ਤੰਗ ਕੋਈ ਨਹੀਂ ਕਰਦਾ। ਪਰ ਗੌਰਮੈਂਟ ਸੋਚਣਾ ਚਾਹੀਦਾ, ਕਹਿ ਰਹੇ ਆ ਜਦੋਂ ਰਾਜਿਆਂ ਦੇ ਵੇਲੇ ਸਾਡੀ ਬੜੀ ਬਰਕਤ ਸੀ, ਸਾਡੇ ਤੇ ਬੜੀ ਸਾਡੀ ਇੱਜ਼ਤ ਸੀ, ਉਦੋਂ ਅਸੀਂ ਬੜੇ ਬੁੱਢੇ ਸਾਰੇ ਹਥਿਆਰ ਬੁਲਾਉਂਦੇ ਸੀ, ਗੁਰੂ ਗੋਬਿੰਦ ਸਿੰਘ ਜੀ ਬੱਲਮ ਭਾਲੇ ਵਰਸੀ ਬਣਾਉਂਦੇ ਸੀ, ਹੁਣ ਅਸੀਂ ਬੜੀ ਇੱਜ਼ਤ ਸੀ ਸਾਡੀ। ਹਾਂਜੀ, ਸਾਡਾ ਇਤਿਹਾਸ ਜਿਹੜਾ ਹੈ ਹਰਗੋਬਿੰਦ ਸਾਹਿਬ ਦੇ ਜਮਾਨੇ, ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਛੱਟੀ ਪਾਤਸ਼ਾਹ ਦਾ ਸਾਡਾ ਇਤਿਹਾਸ ਜੁੜਿਆ ਹੋਇਆ। ਅੱਛਾ, ਹਾਂਜੀ, ਕਿਹੜੇ ਵੀ ਗੁਰਦੁਆਰੇ ਦੇ ਜਿਹੜੇ ਇਤਿਹਾਸ ਕਾਰਕ ਨੇ ਉਹ ਸਾਡਾ ਇਤਿਹਾਸ ਪਤਾ ਦੇਣਗੇ। ਜਦ ਮੁਗਲਾਂ ਨਾਲ ਸਾਡੇ ਜਿਹੜੇ ਪਰਿਵਾਰ ਸੀ ਉਹ ਗੁਰੂ ਸਾਹਿਬ ਦੇ ਨਾਲ ਜੁੜੇ ਹੋਏ, ਗੁਰੂ ਸਾਹਿਬ ਦੇ, ਜਦ ਮੁਗਲਾਂ ਨਾਲ ਸ਼ਾਹਜਹਾਂ ਦੇ ਬਾਦਸ਼ਾਹ ਦੇ ਪੀਰੀਅਡ ਦੇ ਨਾਲ ਜਦੋਂ ਜੰਗ ਲੱਗੀ ਮਹਾਰਾਜ ਹਰਗੋਬਿੰਦ ਸਾਹਿਬ ਦੀ, ਤੇ ਉਹਨਾਂ ਨੇ ਕਿਹਾ ਕਿ ਬਈ ਹਿੰਦੂ ਕਾਰੀਗਰ ਵੀ ਕਿੱਥੇ ਵੱਸਦੇ ਨੇ ਜਿਹੜੇ ਹਥਿਆਰਾਂ ਦਾ ਕੰਮ ਕਰਦੇ ਹੋਣ, ਕਿ ਜਿਹੜੇ ਉਸ ਜ਼ਮਾਨੇ ਦਾ ਜਿਹੜਾ ਹਥਿਆਰ ਦਾ ਸਪਲਾਇਰ ਸੀ ਉਹਦਾ ਨਾਂ ਸੀ ਮੁਨਸ਼ੀ ਖੈਰ। ਅੱਛਾ, ਜਿਹੜਾ ਰਜਵਾੜਿਆਂ ਨੂੰ ਉਹ ਹਥਿਆਰ ਦਿੰਦਾ ਸੀ ਬਣਾ ਕੇ। ਅੱਛਾ, ਤੇ ਉਹ ਜਿਹੜੇ ਹਿੰਦੂ ਸਲਤਨਤ ਹੁੰਦੀ ਸੀ, ਹਿੰਦੂ ਰਜਵਾੜੇ ਹੁੰਦੇ ਸੀ ਜਿਹੜੇ ਆ, ਉਹਨਾਂ ਨੂੰ ਹਥਿਆਰ ਕੱਚੇ ਦਿੰਦੇ ਸੀ ਬਣਾ ਕੇ, ਜੋ ਜਿੱਦਾਂ ਬੰਦੂਕ ਦੇ ਦਿੱਤੀ ਜੰਗ 'ਚ ਗਏ ਉਹ ਮਿਸ ਕਰ ਗਈ, ਤਲਵਾਰਾਂ ਟੁੱਟ ਗਈਆਂ, ਢਾਲਾਂ ਟੁੱਟ ਗਈਆਂ। ਸਾਡੇ ਜਿਹੜਾ ਲੋਹਾਰ ਬੰਦੇ ਸੀ ਰਾਜਸਥਾਨ ਵਸੇ ਸੀ, ਦੋ ਕਬੀਲੇ ਨੂੰ ਲੈ ਕੇ ਭਾਈ ਜੇਠਾ ਜੀ ਬਿਧੀ ਚੰਦ ਜੀ ਜਿਹੜੇ ਨੇ ਪੰਜਾਬ ਲੈ ਕੇ ਗਏ। ਅੱਛਾ, ਜਿਹੜੇ ਪੰਜਾਬ 'ਚ ਅਸੀਂ ਵੱਸ ਗਏ ਤਾਂ ਪੰਜਾਬੀ ਹੋ ਗਏ, ਰਾਜਸਥਾਨ ਦੇ ਅੰਦਰ ਗਏ ਉਹ ਰਾਜਸਥਾਨੀ, ਉਹਨਾਂ ਦੀ ਯਾਦਗੋ ਤਾਂ ਸਾਡੀ ਮਿਲਦੀ ਆ, ਪਰ ਸਾਡੀ ਰੋਟੀ ਬੇਟੀ ਦਾ ਫਿਰ ਕੋਈ ਉਹਨਾਂ ਦਾ ਕੋਈ ਸੰਬੰਧ ਨਹੀਂ ਆ।
ਉਹ ਤੁਸੀਂ ਪੰਜਾਬ ਚਲੇ ਗਏ, ਕਿਹੜੀ ਬੋਲੀ ਬੋਲਣ ਲੱਗੇ, ਕਿਹੜੇ ਕੇਸ ਰੱਖ ਲਏ, ਉਹਨਾਂ ਨੇ ਸਾਨੂੰ ਜਾਤ ਬਾਹਰ ਕਰ ਦਿੱਤਾ, ਅਸੀਂ ਮੁੜ ਕੇ ਫੇਰ ਪੰਜਾਬ ਆ ਗਏ। ਉਹਨਾਂ ਨੇ ਤੁਹਾਨੂੰ ਆਪਣੀ ਜਾਤ ਚੋਂ ਕੱਢਤਾ ਕਿਉਂਕਿ ਤੁਸੀਂ ਸਿੱਖ ਬਣ ਗਏ? ਹਾਂ, ਸਿੱਖ ਬਣ ਗਏ। ਉਸ ਤੋਂ ਫਿਰ ਵਾਰ ਆ ਕੇ ਫਿਰ ਕਈ ਪਾਤਸ਼ਾਹਾਂ ਦੇ ਨਾਲ ਫਿਰ ਜੰਗ ਦੀ ਲੱਗੀਆਂ, ਉਹ ਸਾਡੇ ਲੱਗੇ ਰਹੇ। ਫਿਰ ਨੌਵੀਂ ਪਾਤਸ਼ਾਹੀ ਦਾ, ਦਸਵੀਂ ਪਾਤਸ਼ਾਹੀ ਮਹਾਰਾਜ ਗੁਰੂ ਗੋਬਿੰਦ ਸਿੰਘ ਦਾ ਜਦੋਂ ਜ਼ਮਾਨਾ ਆਇਆ, ਉਦੋਂ ਸਾਡੀਆਂ ਬੜੀਆਂ ਬਰਕਤਾਂ ਹੋਈਆਂ ਨੇ। ਲੋਹਾਗੜ੍ਹ ਦਾ ਕਿਲ੍ਹਾ ਸਾਡਾ ਗਵਾਚ ਜਿੱਥੇ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅਸੀਂ ਸ਼ਸਤਰ ਦਿੰਦੇ ਸੀ, ਉਹ ਮਹਾਰਾਜ ਦੀ ਸ਼ਸਤਰਾਂ ਦੀ ਉੱਥੇ ਇੰਜਨੀਅਰ ਇੰਡਸਟਰੀ ਕੰਪਨੀ ਹੁੰਦੀ ਸੀ ਉੱਥੇ ਜੀਵਨ ਨਿੱਜ। ਹਾਂ, ਉੱਥੇ ਫਿਰ ਬਾਹਰ ਦੇ ਜਿਹੜੇ ਪਹਾੜੀ ਰਾਜੇ ਆਉਣ, ਸਾਡੇ ਬੰਦਿਆਂ ਨੂੰ ਮਾਰ ਜਾਣ, ਸਾਡੇ ਹੱਥ ਸ਼ਸਤਰਾਂ ਸੰਦਰਾਂ ਨੂੰ ਲੈ ਜਾਣ ਖੋਸ ਕੇ। ਉਸ ਵੇਲੇ ਮਹਾਰਾਜ ਦੇ ਸਸਤੀ ਫਰਿਆਦ ਕੀਤੀ, ਮਹਾਰਾਜ ਜੀ ਬੰਦੇ ਨੂੰ ਮਾਰ ਜਾਂਦੇ ਆ, ਕਾਰੀਗਰ ਮਰ ਜਾਂਦਾ। ਮਹਾਰਾਜ ਨੇ ਫਿਰ ਉਹ ਲੋਹਾਗੜ੍ਹ ਕਿਲ੍ਹਾ ਬਣਾਇਆ ਸਾਡੇ ਵਾਸਤੇ, ਉਹਦੇ 22x22 ਦਾ ਉਹਦਾ ਗੇਟ ਲਾਇਆ ਸੀ। ਜਦੋਂ ਖੂਨੀ ਹਾਥੀ ਭੇਜਿਆ ਸੀ ਉਹਨਾਂ ਨੇ, ਤੇ ਮਹਾਰਾਜ ਨੇ ਕਹਿੰਦੇ ਫਿਰ ਉਹ ਜਿਹੜਾ ਜੀ ਸਾਡਾ ਹੀ ਬੰਦਾ ਸੀ ਬਿਚਿੱਤਰ ਸਿੰਘ, ਭਾਈ ਬਿਚਿੱਤਰ ਸਿੰਘ ਜਿਹੜਾ ਲਾਗਣੀ ਮਾਰ ਕੇ ਮਾਰ ਕੇ, ਉਹਨੇ ਕਿਹਾ ਮਹਾਰਾਜ ਜੀ ਤੁਸੀਂ ਸਾਨੂੰ ਹਥਿਆਰ ਤਾਂ ਬਣਾਉਣ ਦੇ ਅੱਗਿਆ ਦਿੰਦੇ ਰਹਿੰਦੇ ਹੋ, ਕਦੇ ਜੰਗ 'ਚ ਵੀ ਤੋਰਿਆ ਕਰੋ। ਕਹਿੰਦੇ ਕੋਈ ਗੱਲ ਨਹੀਂ ਭਾਈ, ਜਦੋਂ ਤੁਹਾਡੀ ਲੋੜ ਹੋਏਗੀ ਤੁਹਾਨੂੰ ਵੀ ਤੋਰਾਂਗੇ। ਤੁਸੀਂ ਭਾਈ ਬਿਚਿੱਤਰ ਸਿੰਘ ਦੀ ਵੰਸ਼ 'ਚੋਂ? ਹਾਂਜੀ, ਭਾਈ ਬਿਚਿੱਤਰ ਸਿੰਘ, ਮਨੀ ਸਿੰਘ ਬਿਚਿੱਤਰ ਸਿੰਘ ਦੀ ਵੰਸ਼ ਦੇ ਭਾਈ ਮਨੀ ਸਿੰਘ। ਹਾਂਜੀ, 40 ਬੰਦੇ ਉਹਨਾਂ ਦੇ ਪਰਿਵਾਰ ਦੇ ਸ਼ਹੀਦ ਕਰਾਏ ਉਹਨਾਂ ਨੇ। ਜਦੋਂ ਤੁਹਾਡੀ ਕੌਮ ਪਿੱਛੇ ਬੜੀ ਕੁਰਬਾਨੀ ਹੈ ਤੁਹਾਡੀ। ਹਾਂਜੀ, ਜਦੋਂ ਮਹਾਰਾਜ ਨੇ ਅਸੀਂ ਸ਼ਸਤਰ ਭੇਟ ਕੀਤੇ ਨਾ, ਉਹ ਤਲਵਾਰ ਦੀ ਹੁਣ ਤਾਂ ਨਿਕਲ ਕਹਿੰਦੇ ਨੇ, ਪੋਲਿਸ਼ ਕਹਿੰਦੇ ਨੇ, ਉਸ ਜ਼ਮਾਨੇ ਦਾ ਵਰਡ ਸੀ ਸ਼ਕਲ। ਕਿਸੇ ਸੰਦਰ ਨੂੰ ਜਿੱਦਾਂ ਇਹ ਕਿਰਪਾਨ ਹੈ, ਇਹਦੇ 'ਤੇ ਕੀਤੀ ਜਾਵੇ ਮੇਰੀ ਏਕਾਤਰੇ ਦੀ ਕਿਰਪਾਨ ਹੈ, ਇਹਨੂੰ ਜਦ ਪੋਲਿਸ਼ ਕਰਦੇ ਨਾ ਸੰਦਰ ਮਾਰ ਕੇ, ਤਾਂ ਉਹਨੂੰ ਸ਼ਕਲ ਕਹਿੰਦੇ ਸੀ। ਅੱਛਾ, ਮਹਾਰਾਜ ਨੇ ਸਾਡਾ ਨਾਂ ਰੱਖਿਆ ਸ਼ਕਲ ਕਰ। ਅੱਛਾ, ਹਾਂ, ਸ਼ਕਲ ਕਰਦੇ ਹੁਣ ਉਹ ਵਿਗੜਦਾ ਜੀ, ਸਿਕਲੀ ਕਰ ਹੋ ਗਿਆ। ਅੱਛਾ, ਉਹ ਸਿਕਲੀ ਕਰ ਹੋ ਗਿਆ। ਹਾਂਜੀ ਜੀ, ਪਰ ਬਹੁਤ ਸਾਰੇ ਸਿਕਲੀਗਰ ਜਿਹੜੇ ਆ ਉਹ ਮਹਾਰਾਸ਼ਟਰ 'ਚ ਵੀ ਰਹਿੰਦੇ ਆ, ਬਹੁਤ ਸਾਰੇ, ਕਈ ਤਾਂ ਆਏ ਨਹੀਂ ਪੰਜਾਬ ਵਾਲੇ ਪਾਸੇ। ਉਹ ਜਦੋਂ ਮਹਾਰਾਜ ਜੀ ਚਮਕੌਰ ਸਾਹਿਬ ਦਾ ਜਦੋਂ ਕਿਲ੍ਹਾ ਛੱਡਿਆ ਨੇ ਉਹਨਾਂ ਨੇ, ਅਤੇ ਉਹਨਾਂ ਦੇ ਨਾਲ ਜਿਹੜੇ ਤੁਰੇ, ਕੋਈ ਪੰਜਾਬ ਰਹਿ ਗਿਆ, ਕੋਈ ਰਾਜਸਥਾਨ 'ਚ ਰਹਿ ਗਿਆ, ਇੱਦਾਂ ਵੀ ਖੜ ਗਏ ਨੇ ਸਾਰੇ ਜੀ, ਇੱਦਾਂ ਵੀ ਖੜ ਗਏ। ਤੁਸੀਂ ਅੱਜ ਮਾਣ ਮਹਿਸੂਸ ਕਰਦੇ ਹੋ ਵੀ ਤੁਸੀਂ ਸਿੱਖ? ਹਾਂ ਹਾਂ, ਇਹ ਅਸੀਂ ਮਾਣ ਕਰਦੇ ਹਾਂ, ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿੱਖ ਨੇ, ਅਸੀਂ ਪੰਜਾਬੀ ਹਾਂ, ਸਾਡੀ ਪੰਜਾਬੀ ਲੈਂਗੁਏਜ ਆ। ਹੁਣ ਤੱਕ ਵੀ ਅਸੀਂ ਪੰਜਾਬੀ ਨਹੀਂ ਬੋਲੇ, ਭਾਵੇਂ ਸਾਨੂੰ ਕਿੰਨੀਆਂ ਪੀੜ੍ਹੀਆਂ ਹੋ ਗਈਆਂ ਨੇ ਇੱਥੇ, ਅਸੀਂ ਪੰਜਾਬ ਜਾਂਦੇ ਰਹਿੰਦੇ, ਪੰਜਾਬੀ ਜਾਂਦੇ ਰਹਿੰਦੇ ਅਸੀਂ। ਹੁਣ ਜਦੋਂ ਹੋੜਾ ਮੇਲਾ, ਬੱਚੇ ਵੀ ਸਿੱਖ ਰਹੇ। ਹਾਂ, ਬੱਚੇ ਵੀ ਸਿੱਖ ਰਹੇ ਨੇ, ਕੋਈ ਬੱਚਾ। ਮੈਨੂੰ ਲੱਗਦਾ ਕਿ ਗੁਰੂ ਸਾਹਿਬ ਦੇ ਵੇਲੇ ਤੁਹਾਡਾ ਇੰਨਾ ਸਨਮਾਨ ਸੀ, ਹੁਣ ਉਹ ਸਨਮਾਨ ਘਟਿਆ। ਹਾਂ, ਹੁਣ ਸਨਮਾਨ ਘਟਿਆ ਜੀ, ਹੋਣਾ ਚਾਹੀਦਾ, ਹੋਣਾ ਚਾਹੀਦਾ। ਹੁਣ ਯਾਰ ਤੁਸੀਂ ਬੁਰਾ ਨਾ ਮੰਨਣਾ, ਜਿਹੜਾ ਕਿਸੇ ਦੀ ਸਿੱਖ ਦੀ ਦਾੜੀ ਕੱਟੀ ਹੋਵੇ ਨਾ, ਸਾਡੇ ਉਸ ਮੁੰਡੇ ਦੇ ਜਿਵੇਂ ਮੈਨੂੰ ਕਹੋ, ਤੁਸੀਂ ਰੱਜ ਕੇ ਕਹੋ ਮੈਨੂੰ ਤੁਸੀਂ, ਗਲਤ ਹੈ। ਬਹੁਤ ਸਾਰੇ ਲੋਕ ਕਹਿੰਦੇ ਨਹੀਂ ਇਹ ਨਹੀਂ ਉਹ ਨਹੀਂ, ਦੇਖੋ ਗਲਤ ਤਾਂ ਗਲਤ ਹੈ, ਮੈਂ ਇਹ ਕਹਿੰਦਾ ਗਲਤ ਹੈ, ਜੇ ਮੈਂ ਗਲਤ ਕੰਮ ਕਰਦਾ ਤਾਂ ਗਲਤ ਹੈ। ਹੁਣ ਕੇਜਰੀਵਾਲ ਸਾਹਿਬ ਦੇਖੋ ਆਏ ਆ ਸਾਡੇ ਵਾਸਤੇ, ਕੁਛ ਕਰੇ ਕੋਈ ਤਾਂ ਸਾਨੂੰ, ਕੋਈ ਦੁਕਾਨ ਦੁਕੂਨ ਦਵਾਵੇ, ਕਰਾਵੇ ਠਿਆਡੋ ਕੋਈ ਦਵਾਵੇ। ਕੇਜਰੀਵਾਲ ਜੀ ਕੁਛ ਕਹਿੰਦੇ ਸੀ ਪਹਿਲਾਂ ਵੀ ਗਰੀਬਾਂ ਨੂੰ ਕੁਛ ਕਰਾਂਗੇ। ਮੈਂ ਕੇਜਰੀਵਾਲ ਦੀ ਗੱਲਬਾਤ ਕਰੂੰ, ਤੁਸੀਂ ਗੱਲ ਕਰ ਰਹੇ ਸੀ, ਪੂਰੀ ਗੱਲ ਕਰੋ, ਗੁਰੂ ਸਾਹਿਬ ਦੀ ਗੱਲ। ਗੁਰੂ ਸਾਹਿਬ ਜਿੱਦਾਂ ਜਦੋਂ ਮਹਾਰਾਜ ਜੀ ਉਹ ਆਪਣਾ ਕੇਸ ਖੰਡਤ ਹੋ ਜਾਵੇ ਨਾ ਕਿਸੇ ਦਾ, ਉਹਦੀ ਫਿਰ ਸ਼ਾਦੀ ਵੀ ਕਰਨੀ ਬੜੀ ਔਖੀ ਹੋ ਜਾਂਦੀ ਹੈ ਬਿਰਾਦਰੀ 'ਤੇ, ਸਾਡੀ 'ਤੇ ਜੀ, ਉਹਨੂੰ ਨੀਵਾਂ ਸਮਝਦੇ ਆ, ਤਾਨੇ ਮਾਰਦੀ ਹੈ, ਤਾਨੇ ਮਾਰਦੀ ਹੈ। ਇਸ ਕਰਕੇ ਕਦੇ ਇਹੋ ਜਿਹਾ ਵੇਲਾ ਮਿਲੇ, ਮਦੀਨਪੁਰ ਆਓ ਤੁਸੀਂ ਸਾਡੇ, ਕੋਈ ਦੂਰ ਨਹੀਂ ਆ, ਫਿਰ ਪਿੰਡ 'ਚ ਗੇੜਾ ਮਾਰੋ, ਤੁਹਾਨੂੰ ਸਾਰੇ ਸਾਬਤ ਸੂਰਤ ਸਿੱਖ ਨੇ, ਸਾਬਤ ਮਿਲਣਗੇ ਤੁਹਾਨੂੰ, ਸਾਰੇ ਕਿੱਸਾਧਾਰੀ ਨੇ, ਔਰ ਪੂਰੇ ਆਪਦੇ ਸਿਦਕ ਦੇ ਪੂਰੇ ਨੇ, ਸਿਦਕ ਦੇ ਪੂਰੇ, ਅੰਮ੍ਰਿਤ ਪਾਨ ਕੀਤੇ ਹੋਏ ਸਾਰੇ, ਅੰਮ੍ਰਿਤ ਪਾਨ। ਨਾਲੇ ਇੱਕ ਸਮੱਸਿਆ ਹੋਰ ਵੀ ਹੈ ਮਹਾਰਾਜ ਜੀ, ਬਈ ਸਾਰਾ ਕਾਰੋਬਾਰ ਛੋਟਾ ਹੈ, ਗੁਰਦੁਆਰਿਆਂ ਦਾ ਬੜਾ ਸ਼ੌਕ ਹੈ ਸਾਨੂੰ, ਕਈ ਗੁਰਦੁਆਰੇ ਤਾਂ ਇਹਦੇ ਬਈ ਹਲੇ ਮਾਇਆ ਕਰਕੇ
ਘੱਟ ਮਾਇਆ ਕਰਕੇ ਰਾਜ ਪਏ ਹੋਏ ਨੇ, ਉਹ ਸਾਰੇ ਕਿਤੇ ਦੀ ਛੱਤ ਨਹੀਂ ਪਈ ਹੈ, ਕਈ ਪੁਰਾਣੇ ਗੁਰਦੁਆਰੇ ਹੋ ਗਏ ਨੇ, ਉਹਨਾਂ ਦੀ ਮੁਰੰਮਤ ਦੀ ਲੋੜ ਹੈ। ਉਹ ਕਮੇਟੀ ਸਾਡੀ ਆਪਣੇ ਉਹਨਾਂ ਦੇ ਗੇੜੇ ਕੱਢਦੇ ਰਹਿੰਦੇ ਨੇ, ਉਹ ਅੱਜ ਆਓ ਜੀ ਕੱਲ੍ਹ ਆਓ ਜੀ, ਬਸ ਇੱਦਾਂ ਦਾ ਹੁੰਦਾ ਰਹਿੰਦਾ, ਕੋਈ ਕਮੇਟੀ ਪਾਸੇ ਵੀ ਕੋਈ ਇਸ ਤਰ੍ਹਾਂ ਦੀ ਕੋਈ ਹੈ ਨਹੀਂ, ਹੈਲਪ ਨਹੀਂ ਹੈ। ਬਿਲਕੁਲ ਚਾਹੀਦੀ ਹੈ। ਬਹੁਤ ਚੰਗਾ ਲੱਗਿਆ ਤੁਹਾਨੂੰ ਮਿਲ ਕੇ, ਔਰ ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ, ਮਹਾਰਾਜ ਤੰਦਰੁਸਤੀਆਂ ਬਖਸ਼ੇ ਤੁਹਾਨੂੰ, ਤੁਹਾਡੇ ਬੱਚਿਆਂ ਨੂੰ, ਤੁਹਾਡੇ ਪਰਿਵਾਰ ਨੂੰ। ਬਹੁਤ ਧੰਨਵਾਦ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਦੇਖ ਸਕਦੇ ਹੋ ਤੁਸੀਂ, ਗੁਰੂ ਸਾਹਿਬ ਨੇ ਕਿਸੇ ਵੇਲੇ ਇਹਨਾਂ ਨੂੰ ਥਾਪੜਾ ਦਿੱਤਾ, ਛੇਵੀਂ ਪਾਤਸ਼ਾਹੀ ਤੋਂ ਸ਼ੁਰੂਆਤ ਹੋਈ, ਸਿੱਖ ਬਣੇ ਇਹ। ਪਹਿਲਾਂ ਇਹਨਾਂ ਦੇ ਪਰਿਵਾਰ ਹਿੰਦੂ ਪਰਿਵਾਰ ਸੀਗੇ, ਦਸਮ ਪਾਤਸ਼ਾਹ ਨੇ ਇਹਨਾਂ ਦੇ ਵਾਸਤੇ ਕਿਲ੍ਹਾ ਬਣਵਾਇਆ, ਭਾਈ ਬਚਿੱਤਰ ਸਿੰਘ ਦੇ ਇਹ ਵੰਸ਼ਜ ਨੇ, ਭਾਈ ਮਨੀ ਸਿੰਘ ਇਹ ਕਹਿ ਰਹੇ ਹੈ ਕਿ ਇਹਨਾਂ ਦੇ ਪੁਰਖੇ ਸੀਗੇ, ਔਰ ਹੁਣ ਇਹਨਾਂ ਦੇ ਪਰਿਵਾਰ ਯੂਪੀ ਵੱਸਦੇ ਹੈ। ਕਦੇ ਤੋਪਾਂ ਬਣਾਉਂਦੇ ਸੀ ਇਹ ਪਰਿਵਾਰ, ਗੁਰੂ ਸਾਹਿਬ ਵਾਸਤੇ ਬੰਦੂਕਾਂ ਬਣਾਉਂਦੇ ਸੀ, ਅੱਜ ਗੁਜ਼ਾਰਾ ਬਹੁਤ ਔਖਾ ਹੈ, ਚਾਬੀਆਂ ਬਣਾ ਕੇ ਅੱਜ ਆਪਣੇ ਬੱਚਿਆਂ ਦਾ ਢਿੱਡ ਪਾਲ ਰਹੇ ਹੈ। ਕੈਮਰਾ ਪਰਸਨ ਜਗਰੂਪ ਸਿੰਘ ਦੇ ਨਾਲ ਸਿਮਰਨਜੋਤ ਸਿੰਘ, ਡੇਲੀ ਪੋਸਟ, ਪਹਾੜਗੰਜ, ਦਿੱਲੀ। 4 ਲੱਖ ਤੋਂ ਵੀ ਘੱਟ ਖਰਚੇ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਕੈਨੇਡਾ ਜਾਂ UK, ਆਇਲਸ ਨਾਲ ਜਾਂ ਬਿਨਾਂ ਆਇਲਸ ਤੋਂ। ਇੱਕ ਵਾਰ ਫਲਾਈਰਾਈਟ ਵੀਜ਼ਾ ਕੰਸਲਟੈਂਟ ਦੇ ਲੁਧਿਆਣਾ ਆਫਿਸ ਜਾਂ ਚੰਡੀਗੜ੍ਹ ਆਫਿਸ ਆ ਕੇ ਮਿਲੋ, ਜਾਂ ਸਾਨੂੰ ਕਾਲ ਕਰੋ 98156085 ਤੇ।